ਹਾਜੀ ਜ਼ਿੰਦਗੀ ਨਾਲ ਆਪਣੇ ਪਿਆਰ ਹੈਗਾ ਜੇ ਕਿ ਨਹੀਂ ਕਹਦਾ ਨੂੰ ਹੈਗਾ ਤੇ ਫਿਰ ਤੁਸੀਂ ਆ ਦਿੰਦੇ ਚੁੱਪ ਕਰਕੇ ਬਾਈ ਫਿਰ ਜੋ ਹੋ ਰਿਹਾ ਨਾ ਜ਼ੁਲਮ ਹੁੰਦੇ ਹੋ ਬੜਾ ਜ਼ੁਲਮ ਹੋ ਰਿਹਾ ਕਿਉਂ ਨਹੀਂ ਹੋ ਰਿਹਾ ਪਾਣੀ ਕਿਨੇ ਕਿਨੇ ਦਿਨ ਆਂਦਾ ਹੀ ਨਹੀਂ ਹਾਂ ਚਾਰ ਚਾਰ ਪੰਜ ਪੰਜ ਦਿਨ ਪਾਣੀ ਸੀ ਖੱਪਦੇ ਰਹਿੰਦੇ ਸਾਰੀ ਸਾਰੀ ਰਾਤ ਉੱਠੇ ਰਹਿੰਦੇ ਅਸੀਂ ਆਹ ਉਹਦੀ ਆਵਾਜ਼ ਆ ਰਹੀ ਹੈ ਨਾ ਰਾਤ ਸੌਣ ਲਈ ਨਹੀਂ ਹੁੰਦੀ ਹਾਂ ਤੇ ਹੁੰਦੀ ਤੇ ਬੇਟਾ ਸਾਡੇ ਵਰਗੇ ਬੁੱਢੇ ਬੰਦੇ ਅਸੀਂ ਪਾਣੀ ਤੋਂ ਤਰਲੇ ਲੈ ਆਂਦੇ ਨੇ ਪਹਿਲਾਂ ਪਾਣੀ ਸਾਨੂੰ ਮਿਲਦੇ ਤੇ ਪਿੰਡੇ ਪਾਲ ਕੇ ਹਾਂ ਤੇ ਗੰਦਾ ਪਾਣੀ ਆ ਰਿਹਾ ਅੰਦਰ ਜਾ ਕੇ ਵੇਖੋ ਪਾਣੀ ਸਾਰੇ ਭਾਂਡੇ ਖਾਲੇ ਬੱਚੇ ਰੋਂਦੇ ਨੇ ਪਾਣੀ ਤੋਂ ਤੇ ਪਾਣੀ ਆ ਜਾਵੇ ਬੱਚੇ ਨਾਲ ਬੱਚਿਆਂ ਤੋਂ ਉਹ ਸਾਰ ਪਰੇਸ਼ਾਨ ਹੋਏ ਆ ਸਾਨੂੰ ਪਾਣੀ ਦੀ ਬੜੀ ਕਿੱਲਤ ਅਸੀਂ ਸਾਨੂੰ ਪਾਣੀ ਮਿਲਦਾ ਹੀ ਨਹੀਂ ਗੈਸ ਆ ਰਹੀ ਹੈ ਗੈਸ ਗੈਸ ਵੀ ਨਹੀਂ ਆ ਰਹੀ ਪਾਣੀ ਵੀ ਨਹੀਂ ਆ ਰਿਹਾ 9 ਵਜੇ ਗੈਸ ਬੰਦ ਕਰ ਦਿੰਦੇ ਨੇ 9 ਵਜੇ ਕਿੰਨੀ ਦੇਰ ਆਂਦੀ ਹੈ 9 ਤੋਂ ਪਹਿਲੇ ਕਦੀ ਕਿ 2 ਘੰਟੇ ਚੱਲੀ ਹੈ ਘੰਟਾ ਨਹੀਂ ਸਾਰਾ ਤੇ 2 ਘੰਟਾ ਤੇ ਨਹੀਂ ਚਾਹੀਦਾ ਮਾਜੀ ਹਾਂ ਸਾਰਾ ਦਿਨ ਆਂਦੀ ਰਹਿੰਦੀ ਹੈ 2 ਵਜੇ ਤੋਂ ਬਾਅਦ ਆਂਦੀ ਹੈ ਰਾਤੀ 2 ਵਜੇ ਤੋਂ ਬਾਅਦ ਕਿ ਦੁਪਹਿਰੀ 2 ਵਜੇ ਤੋਂ ਬਾਅਦ ਫੇਰ ਦੇ ਹੁਣ ਪਾਣੀ ਸਾਰਿਆਂ ਨੂੰ ਚਾਹੀਦਾ ਜੇ ਬੱਚਿਆਂ ਨੂੰ ਚਾਹੀਦਾ ਨਾਲ ਲਈ ਬਜ਼ੁਰਗ ਦੀ ਨਮਾਜ਼ ਵੀ ਪੜਨੀ ਹੈ ਬਜ਼ੁਰਗ ਲਈ ਚਾਹੀਦਾ ਤੇ ਜਦੋਂ ਪਾਣੀ ਪਹਿਲੇ ਕਹਿ ਰਿਹਾ ਆ ਨਹੀਂ ਰਿਹਾ ਫਿਰ ਕਹਿੰਦੇ ਜੇ ਆ ਰਿਹਾ ਗੰਦਾ ਆ ਰਿਹਾ ਗੰਦਾ ਆ ਰਿਹਾ ਪਾਣੀ ਆਂਦਾ ਹੀ ਨਹੀਂ ਬਲਕੇ ਜੇ ਆਂਦਾ ਤਾਂ ਗੰਦਾ ਆਂਦਾ ਬਾਹਰੋਂ ਕਿੰਨਾ ਭਰ ਕੇ ਲੈ ਆਵੋਗੇ ਭਰਿਆ ਜਾਂਦਾ ਹੀ ਨਹੀਂ ਕਿੰਨੇ ਬੱਚੇ ਕਿੰਨੇ ਨੇ ਬੱਚੇ ਮਾਸ਼ਾਅੱਲਾ 6-7 ਨੇ ਬੱਚੇ ਤੇ ਸਾਰੇ ਬੱਚਿਆਂ ਨੂੰ ਪਾਣੀ ਤੇ ਚਾਹੀਦਾ ਨਾ ਨਾਲ ਨੂੰ ਲਈ ਵੀ ਪਤਨ ਬੋਲੀ ਸਾਰੇ ਨੇ ਸਾਰਾ ਕੁਝ ਛੋਟੇ ਬੱਚੇ ਨੇ ਵੱਡੇ ਬੱਚੇ ਨੇ ਸਭ ਚਾਹੀਦੇ ਨੇ ਬੜੇ ਪਰੇਸ਼ਾਨ ਆ ਭਾਈ ਬਹੁਤ ਪਰੇਸ਼ਾਨ ਆ ਅਸੀਂ ਪਾਣੀ ਮਾਜੀ ਪਰੇਸ਼ਾਨੀ ਕਿਤੇ ਦੂਰ ਕਰਨੀ ਦੱਸੋ ਮੈਨੂੰ ਇਹ ਤੁਹਾਡੇ ਕੰਮ ਕਿੰਨਾ ਦਾ ਹੈਗਾ ਹਾਂ ਤੁਹਾਡੇ ਭੈਣ ਭਰਾਵਾਂ ਵਰਗਿਆਂ ਦੇ ਕੰਮ ਮਾਜੀ ਅਸੀਂ ਤੇ ਦਿਖਾਣਾ ਹੈ ਅਸੀਂ ਦਿਖਾਣਾ ਹੈ ਇਹ ਦੇਖੋ ਇਹ ਬੋਤਲਾਂ ਵਾਹ ਇਹ ਪਾਣੀ ਵਾਲੀ ਬੋਤਲਾਂ ਹਾਂਜੀ ਇਹ ਭਰ ਕੇ ਇਹਨਾਂ ਨੇ ਉੱਥੋਂ ਲਿਆਣੀਆਂ ਅੱਜ पाकिस्तान यार हुने पानी आ जाए जल मोटर चलाने हुने आ जाए उधरों लैट चले जाती है मुड़ के एक झाला मारी दी एक नलके नु भी आ जा गंदा ही आ जा बीमारी तो फैली है अपने घर दे के असि नलके ते चौकीदार बने आ चौकीदार बने हुने आएगा ते मसैल कोई हल नहीं करदा पिया गटरां दा बुरा हाल वो इधर अंदरां च जावे ते चढ़ी हुन चढ़नी शुरू हो गई है जरा सी बीमार ही होना बत्ती गैस पानी आटा रोजगार कोई चक्कर नहीं इन्होंने आम गरीब नू मारना है तो मार गई कुछ मार गई कुछ और मर जाएगी ਮੇਰਾ ਤਾਂ ਐਂਡ ਹੋ ਗਿਆ ਹੁਣ ਤੇ ਹਾਂਜੀ ਮਾਜੀ ਹੁਣ ਤੇ ਬੁੱਢੇ ਵਾਰਿਆਂ ਨੂੰ ਕੁਛ ਨਾ ਮਿਲੇ ਖਾਣ ਨੂੰ ਨਾ ਰੋਟੀ ਨਾ ਤੁਸੀਂ ਇਹੋ ਜਿਹਾ ਦੌਰ ਕਦੀ ਪਹਿਲੇ ਵੇਖਿਆ ਸੀ ਮਾਜੀ ਉਮਰ ਤੁਸੀਂ ਲਗਾਈ ਹੈ ਮਾਸ਼ਾਅੱਲਾ ਬਚਪਨ ਜਵਾਨੀ ਲਗਾਈ ਹੈ ਆਪਣੀ ਹਾਂ ਨਵਾਤੀ ਉਦੋਂ ਨਹੀਂ ਸੀ ਵਕਤ ਇਹੋ ਜਿਹਾ ਉਦੋਂ ਕੀ ਹੋ ਜਾ ਵਕਤ ਸੀਦਾ ਦੱਸੋ ਮੈਨੂੰ ਉਦੋਂ 10 ਰੁਪਏ ਕਣਕ ਹੁੰਦੀ ਸੀ ਮਾਣ 9 ਰੁਪਏ ਹਾਂ 5-6 ਰੁਪਏ ਕਿ ਹੋ ਸੀ 5 ਰੁਪਏ 5 ਰੁਪਏ ਗੋਸ਼ਤ ਦੇ ਪੱਕਣੇ ਦਾ ਹੁਣ ਆਖੋ ਹਪਰਾ ਹੁਣ ਕਿੱਥੇ ਤੇ ਕਿੱਥੇ ਗੱਲ ਪਹੁੰਚੀ ਮਾਜੀ ਹੁਣ ਅਸੀਂ ਪੈਸੇ ਦੇਗੇ ਵੀ ਉਹ ਤਾਂ ਕੀ ਨਹੀਂ ਬੁੱਧ ਮਿਲਣੀ पूरे महल्ले ने बिल ही नहीं तार ਕਿਹੜਾ ਮਰਦੀ ਆ ਜੀ ਮੀਟਰ ਕੱਟ ਕੇ ਲੈ ਜਾਣਗੇ ਟਾੜੇ ਹਾਂ ਮੈਂ ਕੱਟ ਕੇ ਲੈ ਜਾਣਗੇ ਬਿਜਲੀ ਕੱਟ ਦੇਣਗੇ ਟਾੜੇ ਰੋਜ਼ਗਾਰ ਦੇਣ ਕਾਰੋਬਾਰ ਦੇਣ ਬੱਤੀ ਦੇਣ ਅਸੀਂ ਤਾਰੀਏ ਅਸੀਂ ਇਹਨਾਂ ਨੂੰ ਭੈੜੇ ਨਹੀਂ ਕਹਿੰਦੇ ਭੈੜੇ ਤਾਂ ਤੇ ਇਹਨਾਂ ਨੂੰ ਕਹਾਂਗੇ ਜਦੋਂ ਆਮ ਗਰੀਬ ਦਾ ਇਹਨਾਂ ਨੇ ਮਸਲੇ ਮਸਾਇਲ ਹੱਲ ਹੀ ਨਹੀਂ ਕਰਨੇ ਹਾਂ ਜਦੋਂ ਹੱਲ ਹੀ ਨਹੀਂ ਕਰਨੇ ਤਾਂ ਕੀ ਫਾਇਦਾ ਭਾਈ ਜਾਨ ਹਾਂਜੀ ਫਿਰ ਅਸੀਂ ਕਾਰੇ ਬਿੱਲ ਦੇਣੇ ਨੇ ਅਸੀਂ ਕਾਰਾ ਵੋਟ ਦੇਣਾ ਫਿਰ ਹਾਂਜੀ ਕਾਹਦਾ ਬਿੱਲ ਦੇਣਾ ਤੇ ਆਦੀ ਜਦੋਂ ਵੋਟ ਲੈਣ ਆਣਗੇ ਦੱਸਣਾ ਉਹਨਾਂ ਨੂੰ ਕਿ ਭਾਈ ਨਾ ਸੀ ਇੰਜ ਜ਼ਿੰਦਗੀ ਲਗਾ ਰਹੇ ਆ ਇੰਜ ਹਾਂਜੀ ਉਹਨਾਂ ਨੂੰ ਪੁੱਛਿਆ ਤੁਸੀਂ ਪਾਣੀ ਭਰ ਕੇ ਲਿਆਉਂਦੇ ਹੋ ਉਹ ਪਾਣੀ ਉਹਨਾਂ ਨੇ ਤੁਸੀਂ ਉਹਨਾਂ ਨੂੰ ਉਹਨਾਂ ਦੇ ਤਾਂ ਨੌਕਰ ਹੈ ਜੀ ਬੋਤਲ ਚੁੱਕੀ ਹੁੰਦੀ ਜੇ ਲੈ ਕੇ ਆਉਂਦੇ ਜਾ ਕੇ ਪੁੱਛਣਾ ਹੈ ਪੁੱਛਾਂਗੇ ਇਨਸ਼ਾਅੱਲਾ ਪੁੱਛਾਂਗੇ ਲਾਜ਼ਮੀ ਮਾਜੀ ਪੁੱਛਣਾ ਤੁਸੀਂ ਵੀ ਹਾਂ ਜੀ ਪੁੱਛਾਂਗੇ ਉਹਨਾਂ ਦੇ ਪੁੱਤਰਾ ਨੌਕਰ ਰੱਖੇ ਨੇ ਤੇ ਅਸੀਂ ਕਿੱਥੋਂ ਨੌਕਰ ਲੈ ਗਏ ਤਾਂ ਅਸੀਂ ਤਾਂ ਆਪਣੇ ਆਪ ਤੋਂ ਆਵਾਜ਼ਾ ਨੇ ਪਾਣੀ ਚੱਕਣਾ ਉਹ ਸਾਨੂੰ ਵੀ ਦੋ ਨੌਕਰ ਦੇ ਦਿਓ ਸਾਨੂੰ ਵੀ ਨੌਕਰ ਦੇ ਹਰ ਘਾਟ ਇੱਕ ਨੌਕਰ ਦੇ ਦਿਓ ਹਾਂ